ਪਿਆਰੇ ਦਰਸ਼ਕੋ ਸਮੇਂ ਸਮੇ ਅਸੀਂ ਤੁਹਾਨੂੰ ਐਮ ਸਖਸ਼ੀਤਾਂ ਦੇ ਰੂਬਰੂ ਕਰਦੇ ਆਂ ਅੱਜ ਇੱਕ ਵਾਰ ਫਿਰ ਇਸ ਸਿਲਸਿਲੇ ਨੂੰ ਅੱਗੇ ਵਧਾ ਰਹੇ ਆਂ ਸਾਡੇ ਸਟੂਡੀਓ ਵਿੱਚ ਅੱਜ ਹਾਜ਼ਰ ਨੇ ਸੁਖਦੇਵ ਸਿੰਘ ਢੀਂਸਾ ਜੀ ਜਿਹੜੇ ਕਿ ਪਿਛਲੇ ਦਿਨੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਬਣੇ ਆ ਤੇ ਉਹ ਅੱਜ ਸਾਡੇ ਸਟੂਡੀਓ ਵਿੱਚ ਆਏ ਆ ਉਹਨਾਂ ਨਾਲ ਵਿਚਾਰ ਕਰਾਂਗੇ ਕਿ ਉਹਨਾਂ ਨੇ ਇਹ ਨਵਾਂ ਜਿਹੜਾ ਅਕਾਲੀ ਦਲ ਬਣਾਇਆ ਕਿਸ ਉਦੇਸ਼ ਨਾਲ ਬਣਾਇਆ ਇਸ ਸਮੇਂ ਪੰਜਾਬ ਦੇ ਪੱਖ ਦੇ ਮਸਲੇ ਕੀ ਹੈ ਤੇ ਉਹ ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਕੀ ਕਰਨਾ ਚਾਹੁੰਦੇ ਆ ਤੇ ਪੰਜਾਬ ਦਾ ਹਰ ਪੱਖ ਤੋਂ ਵਿਕਾਸ ਕਰਨ ਲਈ ਉਹਨਾਂ ਦੇ ਮਨ 'ਚ ਹੋਰ ਕੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਾਂਗੇ ਇਹ ਸਭ ਤੋਂ ਪਹਿਲਾਂ ਸਖਦੇਵ ਸਿੰਘ ਟਿੰਸਾ ਜੀ ਮੈਂ ਤੁਹਾਡਾ ਜੀ ਦੇ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਮਾਨਕ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੱਥੇ ਬੁਲਾਇਆ ਹੈਂ ਟੀਨ ਸਾਜੀ ਪਿਛਲੇ ਦਿਨੀ ਤੁਸੀਂ ਆਪਣਾ ਅਕਾਲੀ ਦਲ ਦੀ ਸਥਾਪਨਾ ਕੀਤੀ ਹੈ ਜਿਹਦਾ ਨਾਮ ਸ਼ਰਮਣੀ ਅਕਾਲੀ ਦਲ ਡੈਮੋਕਰੇਟਿਕ ਰੱਖਿਆ ਇਹ ਜਦੋਂ ਤੁਸੀਂ ਅਕਾਲੀ ਦਲ ਇਹ ਬਣਾਇਆ ਤੁਹਾਡੇ ਸਾਹਮਣੇ ਇਸ ਸਮੇਂ ਇਸ ਨਵੀਂ ਪਾਰਟੀ ਨੂੰ ਲੈ ਕੇ ਕੀ ਉਦੇਸ਼ ਹੈਗੇ ਆ ਜਿਹੜੇ ਤੁਸੀਂ ਪੂਰੇ ਕਰਨਾ ਚਾਹੁੰਦੇ ਹੋ ਅਸੀਂ ਉਦੇਸ਼ ਉਸ ਦਿਨ ਵੀ ਪੂਰੇ ਸਾਡਾ ਪਰਸੋਂ ਜਦੋਂ ਪਾਰਟੀ ਬਣੀ ਹੈ ਉਸ ਦਿਨ ਵੀ ਇਸ ਪੂਰੇ ਦੇ ਦਿੱਤੇ ਸੀ ਵੀ ਸਾਲਾ ਕੀ ਕੀ ਹੈ ਸਭ ਤੋਂ ਵੱਡੀ ਗੱਲਤਾ ਇਹ ਹੈ ਕਿ ਪਾਰਟੀ ਜਿਹੜੀ ਦੇ ਨੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣੇ ਹੋਏ ਆ ਹਾਂਜੀ ਉਹਨੇ ਉਹ ਪੁਰਾਣੇ ਸਿਧਾਂਤ ਸਾਰੇ ਛੱਡ ਦਿੱਤੇ ਹਾਂਜੀ ਸਾਡਾ ਮੇਨ ਮਕਸਦ ਇਹੀ ਹੈ ਕਿ ਉਹੀ ਸਿਧਾਂਤਾਂ ਤੇ ਜਿਸ ਸਿਧਾਂਤਾਂ ਲਈ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਤੇ ਦੁਆਰਾ ਲੈ ਕੇ ਆਈਏ ਹਾਂਜੀ ਉਹਨਾਂ ਚ ਫੈਡਰਲਿਜ਼ਮ ਮੋਰ ਪਾਵਰ ਟੂ ਦੀ ਸਟੇਟਸ ਹਾਂਜੀ ਤੇ ਇਸ ਤੋਂ ਇਲਾਵਾ ਕਿਸਾਨੀ ਮੁੱਦੇ ਮਜ਼ਦੂਰ ਮੁੱਦੇ ਹਾਂਜੀ ਸਟੂਡੈਂਟ ਮੁੱਦੇ ਹਾਂਜੀ ਇਸ ਤਰ੍ਹਾਂ ਦੇ ਸਾਰੇ ਮੁੱਦੇ ਲੈ ਕੇ ਬੈਕਵਰਡ ਦੇ ਸ਼ੈਡੂਲ ਕਾਸਟ ਮੁੱਦੇ ਹਾਂਜੀ ਉਹ ਸਾਰੇ ਲੈ ਕੇ ਤੁਰਾਂਗੇ ਹਾਂਜੀ ਔਰ ਇਸ ਤੋਂ ਇਲਾਵਾ ਵੀ ਅਸੀਂ ਇਸ ਤੰਗ ਨਾਲ ਤੁਰਾਂਗੇ ਕਿ ਕੋਈ ਐਸਾ ਤਬਕਾ ਨਾ ਰਹਿ ਜਾਏ ਜੀਨੂੰ ਅਸੀਂ ਰਿਪਰੈਜ਼ੈਂਟ ਨਾ ਕਰ ਸਕੀਏ ਹਾਂਜੀ ਅਸੀਂ ਸਾਰੀਆਂ ਕੌਮਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਬਣਾਇਆ ਹਾਂਜੀ ਇਸ ਕਰਕੇ ਬਹੁਤ ਕੁਝ ਐਕਸਪਰਟਸ ਤੋਂ ਵੀ ਲਿਆ ਉਸ ਕਰਕੇ ਅਸੀਂ ਲਿਆ ਤੇ ਦੂਜਾ ਕੋਸ਼ਿਸ਼ ਕਰਾਂਗੇ ਕਿ ਐਕਸਪਰਟਸ ਦੀ رائے ਲੈ ਕੇ ਅਸੀਂ ਰੋਡ ਮੈਪ ਬਣਾਈਏ ਠੀਕ ਹੈ ਠੀਕ ਹੈ ਹਟਿੰਸਾ ਜੀ ਤੁਸੀਂ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਬਦਲ ਦੇ ਨਾਲ ਰਹੇ ਆ ਉਹਨਾਂ ਦੀ ਰਾਜਨੀਤੀ ਦਾ ਹਿੱਸਾ ਵੀ ਰਹੇ ਆ ਪਰ ਕੀ ਕਾਰਨ ਸਨ ਜਿਨ੍ਹਾਂ ਕਰਕੇ ਤੁਹਾਨੂੰ ਪਾਰਟੀ ਤੋਂ ਵੱਖ ਹੋਣਾ ਪਿਆ ਤੇ ਵੱਖ ਹੋ ਕੇ ਪਿਛਲੇ ਕਾਫੀ ਮਹੀਨਿਆਂ ਤੋਂ ਤੁਸੀਂ ਲਾਮਬੰਦੀ ਕਰਦੇ ਰਹੇ ਆ ਤੇ ਹੁਣ ਤੁਸੀਂ ਇੱਕ ਆਪਣੀ ਨਵੀਂ ਪਾਰਟੀ ਬਣਾ ਲਈ ਹੈ ਮੁੱਖ ਦੋ ਚਾਰ ਕੀ ਕਾਰਨ ਸਗੇ ਜਿਨ੍ਹਾਂ ਕਰਕੇ ਤੁਸੀਂ ਤੜਾਕਾਲੀ ਦਲ ਚੋਂ ਤੁਹਾਨੂੰ ਬਾਹਰ ਆਣਾ ਪਿਆ ਮੁੱਖ ਕਾਰਨ ਸੀ ਸ਼੍ਰੋਮਣੀ ਕਾਲੀ ਦਲ ਦਾ ਇੱਕ ਤਾਂ ਸਭ ਤੋਂ بڑا ਗੱਲ ਹੈ ਕਿ ਅਸੀਂ ਪੰਥਕ ਮੁੱਦੇ ਲੈ ਕੇ ਚੱਲਦੇ ਹਾਂ ਹਾਂਜੀ ਸ਼੍ਰੋਮਣੀ ਕਮੇਟੀ ਜੋ ਪੰਥ ਦੀ ਨਮੈਂਦਾ ਜਮਾਤ ਹੈ ਜਿਹਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ ਹਾਂਜੀ ਉਹਦੇ ਚ ਜੋ ਨਗਾਰਾ ਆਇਆ ਹੈ ਹਾਂਜੀ ਜਿਸ ਦਿਨ ਦਾ ਸੁਖਵੀਰ ਪ੍ਰਧਾਨ ਬਣਿਆ ਉਹਨੇ ਇੰਨਾ ਕੰਟਰੋਲ ਕਰ ਲਿਆ ਆਪਦਾ ਕਿ ਪ੍ਰਧਾਨ ਆਪਣੀ ਮਰਜ਼ੀ ਦਾ ਬਣਾ ਲੈਂਦਾ ਤੇ ਉਦੋਂ ਬਾਅਦ ਹੁਣ ਜਿੰਨੇ ਉਹਨਾਂ ਦੇ ਸਕੈਂਡ ਲਾਉਣੇ ਸ਼ੁਰੂ ਹੋਏ ਤੁਸੀਂ ਦੇਖਿਆ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੇ ਇੱਕ ਟੈਂਟ ਤੇ 13-12 13 ਕਰੋੜ ਰਲਦਾ ਹਾਂਜੀ ਤੇ ਹੁਣ ਰੋਜ਼ ਨਿਕਲਦਾ ਕਦੇ ਅਨੰਦਪੁਰ ਸਾਹਿਬ ਵੀ ਭਾਈ 15 18 ਲੱਖ ਦੀ ਸਬਜ਼ੀ ਕਿਤੇ ਗਾਇਬ ਹੈ ਇਸ ਤਰ੍ਹਾਂ ਦਾਲ ਗਾਇਬ ਹੈ ਕਦੇ ਕਿਤੇ ਕੁਝ ਹੈ ਉਹ ਤਾਂ ਫਿਰ ਮੈਨੇਜਰਾਂ ਨੇ ਖਾਣਾ ਜਦੋਂ ਵੱਡੇ ਖਾਣ ਲੱਗ ਜਾਣਗੇ ਹਾਂਜੀ ਇੱਕ ਤਾਂ ਉਹਦਾ ਨਗਾਰ ਬਹੁਤ ਆਇਆ ਹਾਂਜੀ ਹਾਂਜੀ ਉਹ ਤੋਂ ਇਲਾਵਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾਂ ਤਾਂ ਉਹੀ ਨੇ ਅਜੇ ਤੱਕ ਨਿਕਿਆ ਅਸੀਂ ਕਈ ਸਾਲ ਉਦੋਂ ਜਦੋਂ ਵਿਚਰੇ ਉਦੋਂ ਵੀ ਕਹਿੰਦੇ ਰਹੇ ਸਾਨੂੰ ਬਾਦਸ਼ਾਹ ਵੀ ਕਹਿੰਦੇ ਰਹੇ ਅਸੀਂ ਤੁਹਾਨੂੰ ਇਹ ਲੱਭ ਕੇ ਦੇਵਾਂਗੇ ਜਿਹੜਾ ਕੋਟਕਪੂਰਿਆ ਉੱਤੇ ਬਹਿਬਲ ਕਲਾਣਾ ਸੀ ਹਾਂਜੀ ਔਰ ਉਹਨਾਂ ਨੂੰ ਸਜ਼ਾਾਂ ਵੀ ਦੇਵਾਂਗੇ ਹਾਂਜੀ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਹਾਂਜੀ ਹਾਂਜੀ ਇਸ ਤੋਂ ਇਲਾਵਾ ਹੁਣ 267 ਗੁਰੂਗੁਰ ਸਾਹਿਬ ਦੇ ਸਰੂਪ ਹੀ ਦੇ ਲਭਰੇ ਕਿੱਥੇ ਨੇ ਹਾਂਜੀ ਔਰ ਇਸੇ ਤਰ੍ਹਾਂ ਕਈ ਬਹੁਤ ਜ਼ਿਆਦਾ ਬੇਅਦਬੀਆਂ ਐ ਐਜੀਪੀਸੀ ਦੇ ਉਸ ਤੋਂ ਹੋਈਆਂ ਹਾਂਜੀ ਇਸ ਕਰਕੇ ਜਦੋਂ ਅਸੀਂ ਇਹ ਨਿਗਾਰ ਦੇਖਿਆ ਹਾਂਜੀ ਹਾਂਜੀ ਉਹਦੇ ਚ ਅਸੀਂ ਸਹਿ ਨਹੀਂ ਸਕੇ ਉੱਥੋਂ ਦੇਖਿਆ ਵੀ ਇਹ ਇਹ ਕੋ ਬੰਦੇ ਦੇ ਹੱਥ ਜਾ ਗਿਆ ਹਾਂਜੀ ਫਿਰ ਪਾਰਟੀ ਨੂੰ ਵੀ ਹਾਂਜੀ ਉਹਨਾਂ ਨੇ ਇੱਕ ਕਿਸਮ ਦਾ ਡਿਕਟੇਟਰ ਬਣ ਕੇ ਜਿਵੇਂ ਕੰਪਨੀ ਚਲਾਉਂਦੇ ਆ ਹਾਂਜੀ ਇਸ ਤਰ੍ਹਾਂ ਸ਼ੁਰੂ ਕਰ ਦਿੱਤਾ ਹਾਂਜੀ ਕਿਸੇ ਕਿਸੇ ਵੀ ਆਫਿਸ ਬੇਰਰ ਆਫਿਸ ਬڑے-ਬڑے ਬਣਾਤੇ ਲੇਕਿਨ ਇੱਕ ਵੀ ਆਫਿਸ ਬੇਰਰ ਨੂੰ ਕੋਈ ਕੰਮ ਦਿੱਤਾ ਹੋਵੇ ਹਾਂਜੀ ਇੱਕ ਵੀ ਆਫਿਸ ਬੇਰਰ ਨੂੰ ਕੋਈ ਇਹ ਕਿਹਾ ਵੀ ਤੇਰੀ ਭਾਈਆ ਡਿਊਟੀ ਹੈ ਹਾਂਜੀ ਉਹ ਕੱਲਾ ਸਿਰਫ ਉਹਨੂੰ ਕਾਰਡ ਵਛਾ ਸਕਦੇ ਆ ਦੂਸਰੋਂ ਕੁਝ ਨਹੀਂ ਕਰ ਸਕਦੇ ਹਾਂਜੀ ਇਸ ਕਰਕੇ ਆਪਦੇ ਨਾਮਿਨੇਟ ਕਰਨੀਆਂ ਆ ਉਹਨਾਂ ਨੇ ਕੋਈ ਇਲੈਕਸ਼ਨ ਨਹੀਂ ਕੋਰ ਕਮੇਟੀ ਆਪ ਦੀ ਮਰਜ਼ੀ ਦੀ ਬਣਾ ਲੈਣੀ ਹੈ। ਹਾਂਜੀ ਇਸ ਕਰਕੇ ਸਾਰਾ ਕੁਝ ਹਾਂਜੀ ਉਹਦਾ ਇਹ ਕਾਰਨ ਨੇ ਹੋਇਆ ਕਿ ਅਸੀਂ ਅ ਅ ਪਿਛਲੀਆਂ ਇਲੈਕਸ਼ਨਾਂ ਚ ਅਸੈਂਬਲੀ ਦੀਆਂ ਚ ਹਾਂਜੀ ਹਾਰ ਕੇ ਸਿਰਫ 15 ਸੀਟਾਂ ਤੇ ਆ ਗਏ। ਅੱਜ ਤੱਕ ਸ਼੍ਰੋਮਣੀ ਅਕਾਲੀ ਦਰ ਘੱਟੋ ਘੱਟ ਆਪੋਜੀਸ਼ਨ ਤੇ ਆਪੋਜੀਸ਼ਨ ਤੇ ਹੁੰਦਾ ਸੀ ਅਪੀਨ ਲੀਡਰ ਹੁੰਦਾ ਸੀ। ਹਾਂਜੀ ਤੇ ਲੇਕਿਨ ਅਜ ਤੱਕ ਦੀ ਆਪੋਜੀਸ਼ਨ ਤੇ ਚ ਵੀ ਨਹੀਂ ਆ ਸਕੇ। ਹਾਂਜੀ ਉਦੋਂ ਮੈਂ ਕੋਰ ਕਮੇਟੀ ਚ ਕਿਹਾ ਕਿ ਸੁਖਵੀਰ ਸਿੰਘ ਬਾਲ ਤੋਂ ਅਸੀਫਾ ਦੇ ਦੇ ਹਾਂਜੀ ਹਾਂਜੀ ਬਾਲ ਸਾਹਿਬ ਨੂੰ ਅਸੀਂ ਪ੍ਰਧਾਨ ਬਣਾ ਲਏ ਹਾਂ ਹਾਂਜੀ ਬਾਲ ਸਾਹਿਬ ਨੇ ਵੀ ਅੱਖੇ ਮਿਚਲੀਆਂ ਹਾਂਜੀ ਮੇਰੇ ਸਿਹਤ ਨਹੀਂ ਕਰਦੀ ਲਾਉ ਕੁਛ ਨਹੀਂ ਜੀ ਹਾਂਜੀ ਔਰ ਜਦੋਂ ਸੁਖਵੀਰ ਨੂੰ ਇਹ ਕਿਹਾ ਹਾਂਜੀ ਉਹ ਨਰਾਜ਼ ਹੋ ਕੇ ਉੱਠ ਕੇ ਚੱਲਣ ਲੱਗ ਗਿਆ ਹਾਂਜੀ ਤੇ ਫੇਰ ਬਿਠਾ ਬਠੂ ਲਿਆ ਉਹਨਾਂ ਨੇ ਹਾਂਜੀ ਮਸੀਂ ਕਹ ਵੀ ਜੇ ਇਸ ਤਰ੍ਹਾਂ ਚੱਲੇਗਾ ਹਾਂ ਜੀ ਤੇ ਫਿਰ ਤਾਂ ਡੈਮੋਕ੍ਰੇਸੀ ਸਿਸਟਮ ਖਤਮ ਹੋ ਗਿਆ ਤੇ ਫਿਰ ਅਸੀਂ ਪਾਰਟੀ ਦੇ ਜਿਹੜੇ ਸਿਧਾਂਤਾਂ 'ਤੇ ਬਣੀ ਸੀ ਉਹ ਤਾਂ ਸਾਰੇ ਖਤਮ ਹੋ ਗਏ ਹਾਂਜੀ ਇਸ ਕਰਕੇ ਉਹਨੂੰ ਦੁਬਾਰਾ ਸੀ ਰਿਵਾਈਵ ਕੀਤਾ ਕੋਸ਼ਿਸ਼ ਕੀਤੀ ਆ ਕਿ ਸ਼ਰੂਮ ਨਕਾਲੀ ਦਲ ਨੂੰ ਰਿਵਾਈਵ ਕਰੀਏ ਹਾਂਜੀ ਠੀਕ ਹੈ ਜੀ ਐਟੈਂਸ ਜੀ ਐਸ ਵਿਲ ਦੇਸ਼ ਦੇ ਅੰਦਰ ਕੁਝ ਇਸ ਤਰ੍ਹਾਂ ਦੀ ਫਿਜ਼ਾ ਜਿਹੜੀ ਬਣ ਰਹੀ ਹੈ ਕਿ ਉਹਦੇ ਜਿਹੜੇ ਦਲਤ ਘਟਗਣਤੀਆਂ ਸੁਰੱਖਿਅਤ ਮਹਿਸੂਸ ਕਰ ਰਹੀਆਂ ਤੇ ਇਹ ਵੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਜਿਹੜੇ ਤਿੰਨ ਮਹੱਤਵਪੂਰਨ ਗੁਣ ਹੈ ਜਿਨ੍ਹਾਂ ਚ ਸੈਕੂਲਰਿਜ਼ਮ ਹੈ ਡੈਮੋਕ੍ਰੇਸੀ ਹੈ ਫੈਡਰਲਿਜ਼ਮ ਹੈ ਇਹਦੇ ਇਹਨਾਂ ਚੀਜ਼ਾਂ ਨੂੰ ਖੁਰਾ ਲਗਦਾ ਜਾ ਰਿਹਾ ਇਸ ਸੰਦਰਭ ਵਿੱਚ ਅਕਾਲੀ ਦਲ ਜਿਹੜਾ ਪੰਜਾਬ ਵਿੱਚ ਹਮੇਸ਼ਾ ਹੀ ਰਿਹਾ ਉਹਨੇ ਇਹਨਾਂ ਤਿੰਨਾਂ ਸਿਧਾਂਤਾਂ ਤੇ ਬੜਾ ਜ਼ੋਰਦਾਰ ਢੰਗ ਨਾਲ ਪਹਿਰਾ ਦਿੱਤਾ ਅਸੀਂ ਜਦੋਂ ਅਕਾਲੀ ਦਲ ਦਾ ਇਤਿਹਾਸ ਦੇਖਦੇ ਹਾਂ ਚਾਹੇ ਉਹ ਇੰਦਰਾ ਗਾਂਧੀ ਦੇ ਦੌਰ ਦਾ ਐਮਰਜੈਂਸੀ ਦਾ ਦੌਰ ਸੀ ਉਹਦੀ ਜਿਹੜੀ ਤਾਨਾਸ਼ਾਹੀ ਕਿਸਮ ਦਾ ਪ੍ਰਸ਼ਾਸਨ ਸੀ ਉਹਦਾ ਚਾਹੇ ਉਹਦੀ ਗੱਲ ਹੋਵੇ ਜਾਂ ਪੁਰ ਜਦੋਂ ਵੀ ਕੋਈ ਜਿਹੜਾ ਘਟ ਗਿੰਤਿਆਂ ਲਈ ਦਲਤਾਂ ਲਈ ਮਸਲੇ ਖੜੇ ਹੋਏ ਆ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਖੜਾ ਹੋ ਕੇ ਬੋਲਦਾ ਰਿਹਾ ਦੇਸ਼ ਭਰ ਚ ਅਕਾਲੀ ਦਲ ਦੀ ਆਵਾਜ਼ ਬੜੀ ਗੰਭੀਰਤਾ ਨਾਲ ਸੁਣੀ ਜਾਂਦੀ ਸੀ ਤੇ ਤੁਹਾਡਾ ਜਿਹੜਾ ਨਵਾਂ ਅਕਾਲੀ ਦਲ ਬਣਿਆ ਇਹ ਤੋਂ ਅਸੀਂ ਕਿਸ ਤਰ੍ਹਾਂ ਦੀ ਇਸ ਸੰਦਰਭ ਚ ਕਿਸ ਤਰ੍ਹਾਂ ਦੀ ਆਸ ਰੱਖ ਸਕਦੇ ਹਾਂ ਮੈਂ ਅੱਜ ਹਰਮੰਦਰ ਸਾਹਿਬ ਚ ਨਕਮਸਤਕ ਹੋਣ ਗਿਆ ਸੀ ਹਾਂਜੀ ਔਰ ਅਕਾਲ ਤਖਤ ਸਾਹਿਬ ਜਾ ਕੇ ਅਸੀਂ ਅਰਦਾਸ ਵੀ ਕੀਤੀ ਹੈ ਕਿ ਸਾਨੂੰ ਬਖਸ਼ਿਸ਼ ਕਰੇ ਗੁਰੂ ਗੋ ਕਿ ਅਸੀਂ ਆਪਦੇ ਮਿਸ਼ਨ 'ਚ ਕੰਮ ਆਏ ਸਾਡਾ ਮਿਸ਼ਨ ਕੀ ਹੈ ਹਾਂਜੀ ਕਿ ਅੱਜ ਕਿਉਂ ਰੱਖਿਆ ਹਾਂਜੀ ਪਹਿਲਾਂ ਤਾਂ ਐਸੀ ਕਿ ਅੱਜ ਦੇ ਦਿਨ ਐ ਐਕਟ ਪਾਸ ਹੋਇਆ ਸੀ ਹਾਂਜੀ ਹਾਂਜੀ ਜਿਸ ਐਕਟ ਲਈ 500 ਤੋਂ ਵੱਧ ਕਰਵਾਨੀਆਂ ਹੋਈਆਂ ਹਾਂਜੀ ਹਾਂਜੀ ਔਰ ਉਹ ਤੋਂ ਵਾਦਾ ਇਹ ਅੱਜ ਦੇ ਦਿਨ ਜਿਹੜੀ ਤੁਸੀਂ ਕਹਿੰਿਆ ਇੰਦਰਾ ਗਾਂਧੀ ਨੇ ਲਾਈ ਸੀ ਹਾਂਜੀ ਐਮਰਜੈਂਸੀ ਦੇ ਖਿਲਾਫ ਅੱਜ ਦੇ ਦਿਨ ਮੋਰਚਾ ਲਾਇਆ ਸੀ ਨੋ 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 ਲਾਇਆ ਸੀ ਹਾਂ ਹਾਂਜੀ ਇਸ ਕਰਕੇ ਅਸੀਂ ਅੱਜ ਉਹ ਦਿਨ ਤਾਂ ਚੁਣਿਆ ਕਿ ਅਸੀਂ ਉਹੀ ਸਿਧਾਂਤਾਂ ਦੇ ਮੁਤਾਬਕ ਹਾਂਜੀ ਪਹਿਲਾਂ ਐਸਡੀਪੀਸੀ ਨੂੰ ਤੇ ਸ਼੍ਰੀ ਕਾਲ ਤੱਕ ਦੀ ਮਰਿਆਦਾ ਬਹਾਲ ਕਰਾਉਣੀ ਤੇ ਐਸਡੀਪੀਸੀ ਚ ਕੰਟਰੋਲ ਉਹਨੂੰ ਸੁਧਾਰ ਲਿਆਉਣਾ ਤੇ ਦੂਸਰਾ ਡੈਮੋਕ੍ਰੈਟਿਕ ਸਿਸਟਮ ਨੂੰ ਉਸੇ ਤਰ੍ਹਾਂ ਜਿਵੇਂ ਲੜਾਈ ਲੜਦੇ ਰਹੇ ਆ ਉਹਨੂੰ ਬਹਾਲ ਕਰਨਾ ਸਾਡਾ ਇਹੀ ਕੰਮ ਹੋਏਗਾ ਠੀਕ ਹੈ ਜੀ ਟਿੰਡ ਸਾਹਿਬ ਜੀ ਅੱਜਕੱਲ ਜਿਹੜੇ ਕੇਂਦਰ ਸਰਕਾਰ ਨੇ ਖੇਤੀਬਾੜੀ ਬਾਰੇ ਤਿੰਨ ਆਰਡੀਨੈਂਸ ਜਾਰੀ ਕੀਤੇ ਆ ਜਿਹਦੇ ਨਾਲ ਉਹਨਾਂ ਨੇ ਇੱਕ ਕਿਸਮ ਦਾ ਖੇਤੀ ਦਾ ਪਾਦਨ ਅਤੇ ਉਹਦੀ ਵਿਕਰੀ ਦੇ ਕੰਮਕਾਜ ਜਿਹੜੇ ਉਹ ਆਪਣੇ ਹੱਥੀ ਇੱਕ ਤਰ੍ਹਾਂ ਨਾਲ ਲੈ ਲਏ ਆ ਉਹਨੂੰ ਲੈ ਕੇ ਪੰਜਾਬ ਦੇ ਕਿਸਾਨਾਂ 'ਚ ਬੜੀ ਬੇਚੈਨੀ ਆ ਬੜਾ ਰੋਸ ਹੈ ਕਿਸਾਨ ਜਥੇਬੰਦੀਆਂ ਅੰਦੋਲਨ ਕਰਨ ਦੀ ਤਿਆਰੀ ਕਰ ਰਹੀਆਂ ਬਾਕੀ ਵਿਰੋਧੀ ਪਾਰਟੀਆਂ ਵੀ ਇਹਦੇ ਤੇ ਤਿੱਖੇ ਤੇਵਰ ਉਹਨਾਂ ਨੇ اختیار ਕੀਤੇ ਹੋਏ ਆ ਇਸ ਸਬੰਧ 'ਚ ਜਿਹੜਾ ਤੁਹਾਡਾ ਅਕਾਲੀ ਦਲ ਉਹਦਾ ਰੁਖ ਕੀ ਹੈਗਾ ਇਸ ਸਬੰਧ 'ਚ ਅਸੀਂ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਕਿਸਾਨ ਲਈ ਪੰਜਾਬ ਦੇ ਕਿਸੇ ਵੀ ਵਰਗ ਲਈ ਜੋ ਵੀ ਉਹਨਾਂ ਤੇ ਕੋਈ ਤਕਲ ਹੋਏਗਾ ਉਹਦੇ ਲਈ ਲੜਾਂਗੇ ਇਹ ਇਹ ਜਿਹੜੇ ਆਰਡੀਨੈਂਸ ਨੇ ਇਹਨਾਂ ਦੇ ਖਿਲਾਫ ਵੀ ਅਸੀਂ ਆਵਾਜ਼ ਉਠਾਈ ਹੈ ਔਰ ਇਹ ਵੀ ਕਿਹਾ ਜੇ ਕਿਸਾਨ ਜਿੱਦਨ ਕੋਈ ਮੋਰਚਾ ਲਾਉਂਦੇ ਨੇ ਕੋਹ ਹੋਰ ਨੇ ਤਾਂ ਸਾਡਾ ਪੂਰਾ ਸਹਿਯੋਗ ਹੋਵੇਗਾ ਠੀਕ ਹੈ ਔਰ ਦੂਸਰਾ ਇਹ ਹੈ ਕਿ ਇਹਨਾਂ ਨਾਲ ਜਿਹੜਾ ਹੈਗਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਕਹ ਲਓ ਜਾਏਗਾ ਤਾਂ ਮੋਰ ਪਾਵਰ ਟੂ ਦੀ ਸਟੇਟਸ ਜਿਹੜੀਆਂ ਹਾਂ ਉਹ ਖਤਮ ਹੋ ਗਿਆ ਐਗਰੀਕਲਚਰ ਮਹਿਕਮਤ ਆਇਆ ਹੈ ਸਟੇਟਾਂ ਦਾ ਹਾਂਜੀ ਹਾਂਜੀ ਲੇਕਿਨ ਅਜੋ ਹ ਸੈਂਟਰ ਕਰਦਾ ਹਾਂਜੀ ਇਸ ਕਰਕੇ ਉਹ ਉਹਦੇ ਲਈ ਵੀ ਸਾਡੀ ਜਦੋ ਜਹਿਦ ਹੈ ਮੈਂ ਉਸ ਦਿਨ ਪਾਲ ਇੰਡੀਆ ਜਿਹੜੀ ਪਾਲ ਪਾਰਟੀ ਮੀਟਿੰਗ ਬੁਲਾਈ ਸੀ ਸੀਐਮ ਨੇ ਉਹਦੇ ਚ ਵੀ ਆ ਕੇ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਜੇ ਕਿ ਹੌਲੀ ਹੌਲੀ ਸਾਰੇ ਅਧਿਕਾਰ ਨੇ ਜਿਹੜੇ ਥੋੜੇ ਬਹੁਤੇ ਸੀਗੇ ਹਾਂਜੀ ਉਹ ਵੀ ਇਹਨਾਂ ਨੇ ਸਟੇਟਾਂ ਤੋਂ ਖੋਲੇ ਠੀਕ ਹੈ ਉਹ ਸ਼੍ਰੋਮਣੀ ਅਕਾਲੀ ਦਲ ਉਹਦੇ ਹਮੇਸ਼ਾ ਪੈਰਾ ਦਿੰਦਾ ਰਿਹਾ ਤੇ ਉਹਦੇ ਲਈ ਅਸੀਂ ਜਦੋ ਜਹਿਦ ਕਰਾਂਗੇ ਠੀਕ ਹੈ ਅਤੇ ਅੰਤ ਸੱਜੀਆਂ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਹੈਗੀਆਂ ਪੰਜਾਬ ਦੇ ਵਿੱਚ ਵਿਚਰ ਰਹੀਆਂ ਉਹਨਾਂ ਪਾਰਟੀਆਂ ਪ੍ਰਤੀ ਜਿਹੜਾ ਤੁਹਾਡਾ ਕੀ ਰੁਖ ਹੋਏਗਾ ਕਿਨਾਂ ਨੂੰ ਤੁਸੀਂ ਸਮਝਦੇ ਆ ਕਿ ਸਿਧਾਂਤਕ ਤੌਰ ਤੇ ਤੁਹਾਡੇ ਨੇੜੇ ਆ ਕਿਨਾਂ ਨੂੰ ਤੁਸੀਂ ਸਮਝਦੇ ਆ ਕਿ ਸਿਧਾਂਤਕ ਤੌਰ ਤੇ ਉਹਨਾਂ ਨਾਲ ਨੇੜਤਾ ਨਹੀਂ ਬਣ ਸਕਦੀ ਇਸ ਸਬੰਧ ਵਿੱਚ ਕੋਈ ਨਜ਼ਰੀਆ ਕੋਈ ਅਪਰੋਚ ਬਣਾਈ ਆ ਜਾਂ ਜੇ ਇਹਦੇ ਲਈ ਸਮਾਂ ਲੱਗੇਗਾ ਅਜੇ ਤਾਂ ਪਰਸੋਂ ਅਸੀਂ ਨਿਆਂਜੀ ਲੇਕਿਨ ਜਿਹੜੇ ਪੰਜਾਬ ਦੇ ਹਿੱਤਾਂ ਲਈ ਜਿੰਮੇ ਕਿਹਾ ਹਾਂਜੀ ਕੋਈ ਵੀ ਪਾਰਟੀ ਆਉਣਗੀਆਂ ਹਾਂਜੀ ਤੇ ਜਦੋਂ ਕੋਈ ਇਲੈਕਸ਼ਨ ਆਏਗੀ ਤੇ ਉਹਨਾਂ ਨਾਲ ਮਿਲ ਕੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਮਿਲ ਕੇ ਲੜੀਏ ਤਾਂ ਕਿ ਕਾਂਗਰਸੀ ਵੀ ਤੇ ਕਾਲੀ ਦਲ ਦਾ ਜਿਹੜੇ ਸੋ ਕਾਲਡ ਕਾਲੀ ਕਹੋਂਦੇ ਨੇ ਉਹਨਾਂ ਦਾ ਸਪਾਇਆ ਹੋ ਸਕੇ ਠੀਕ ਹੈ ਜੀ ਉਹਦੇ ਚ ਕੋਈ ਵੀ ਜਿਹੜੀ ਪਾਰਟੀ ਹੈ ਕੋਈ ਵੀ ਸੰਗਠਨ ਹੈ ਉਹ ਜਦੋਂ ਤੱਕ ਹੀਟਲੇ ਪੱਧਰ ਤੱਕ ਉਹ ਮਜ਼ਬੂਤ ਨਹੀਂ ਹੁੰਦਾ ਸੰਗਠਨ ਨਹੀਂ ਬਣਦਾ ਜਿਹੜੀ ਪੰਜਾਬ ਦੀ ਇਕਾਈ ਜ਼ਿਲ੍ਹਿਆਂ ਦੀ ਇਕਾਈ ਫਿਰ ਤਹਿਸੀਲਾਂ ਦੀਆਂ ਕਈਆਂ ਬਲਾਕਾਂ ਦੇ ਪੱਧਰ ਤੇ ਜਦੋਂ ਤੱਕ ਸੰਗਠਨ ਨਹੀਂ ਬਣਦਾ ਉਦੋਂ ਤੱਕ ਤੁਸੀਂ ਲੋਕਾਂ ਨੂੰ ਉਹਨਾਂ ਦੇ ਮੁੱਦਿਆਂ ਤੇ ਲਾਮਬੰਦ ਨਹੀਂ ਕਰ ਸਕਦੇ ਤੇ ਜੇ ਆਉਣ ਵਾਲੇ ਸਮੇਂ ਚੋਣਾਂ ਲੜਨੀਆਂ ਤੇ ਉਹਦੇ ਜੇ ਤੁਸੀਂ ਪ੍ਰਭਾਵੀ ਜਿਹੜੇ ਆ ਉਹਦੇ ਨਤੀਜੇ ਨਹੀਂ ਨਿਕਲ ਸਕਦੇ ਤੇ ਹੁਣ ਥੋੜੇ ਦਿਨ ਹੋਏ ਆ ਤੁਹਾਨੂੰ ਆਪਣਾ ਅਕਾਲੀ ਦਲ ਬਣਾਇਆ ਇਹਦੇ ਲਈ ਆਪਣਾ ਜਥੇਬੰਦਕ ਢਾਂਚੇ ਦਾ ਵਿਸਥਾਰਕਰਨ ਤੇ ਇਹਨੂੰ ਮਜ਼ਬੂਤ ਕਰਨ ਲਈ ਤੁਸੀਂ ਕੀ ਸੋਚ ਰਹੇ ਹੋ ਪਹਿਲਾਂ ਤਾਂ ਅਜੇ ਪਰਸੋਂ ਹੀ ਸਾਸੀ ਪਾਰਟੀ ਦਾ ਗਠਨ ਕੀਤਾ ਹੈ ਹਾਂਜੀ ਦੂਸਰਾ ਇਹ ਹੈ ਕਿ ਅਸੀਂ ਅਜੇ ਆਪਣੇ ਲੋਕਾਂ ਨੂੰ ਇਕੱਠਿਆਂ ਕਰ ਰਹੇ ਹਾਂ ਜਿਹੜੇ ਕੋਈ ਕਾਂਗਰਸ ਚਲੇ ਗਏ ਕੋਈ ਛੱਡ ਕੇ ਆ ਗਏ ਕੋਈ ਘਰਾਂ 'ਚ ਬੈਠਿਆ ਹਾਂ ਹਾਂਜੀ ਕੋਈ ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਸੀ ਹਾਂਜੀ ਉਹ ਮਾਯੂਸ ਹੋ ਕੇ ਉਹਨਾਂ ਨੂੰ ਇਕੱਠਾ ਕਰ ਰਹੇ ਹਾਂ ਅਸੀਂ 15-20 ਦਿਨ 'ਚ ਬਹੁਤ ਸਾਨੂੰ ਰੋਜ਼ ਮੈਨੂੰ ਆਉਂਦੇ ਨੇ ਕਿ ਆਓ ਜੀ ਸਾਸੀ ਵੀ ਜੁਆਇਨ ਕਰਨਾ ਅਸੀਂ ਜਿੰਮੇ ਕਰਨੇ ਤੇ ਉਦੋਂ ਬਾਅਦ ਅਸੀਂ ਜਿਹੜੀ ਤੁਸੀਂ ਕਿਹਾ ਉਹ ਸਾਰੀ ਆਰਗੇਨਾਈਜੇਸ਼ਨ ਗਠਨ ਕਰਾਂਗੇ ਹਾਂਜੀ ਹਾਂਜੀ ਔਰ ਉਹ ਇੱਕ ਵਾਰੀ ਐਡ ਹੌਕ ਗਠਨ ਕਰਕੇ ਹਾਂਜੀ ਤੇ ਭਰਤੀ ਕਰਕੇ ਹਾਂਜੀ ਔਰ ਰੀਅਲ ਸਿਸਟਮ ਜਿੰਮੇ ਇਲੈਕਸ਼ਨ ਹੁੰਦੀ ਸੀ ਹਾਂਜੀ ਔਰ ਉਹਦਾ ਵਿਧਾਨ ਦੇ ਮੁਤਾਬਕ ਉਹਦੇ ਇਲੈਕਸ਼ਨ ਕਰਾਵਾਂਗੇ ਹਾਂਜੀ ਔਰ ਚਾਹੇ ਸਰਕਲ ਹੋਣ ਚਾਹੇ ਜ਼ਿਲ੍ਹੇ ਹੋਣ ਚਾਹੇ ਪ੍ਰਧਾਨ ਦੀ ਇਲੈਕਸ਼ਨ ਹੋਵੇ ਜਾਂ ਕੋਰ ਕਮੇਟੀ ਹੋਵੇ ਜਾਂ ਕੋਈ ਵੀ ਕਮੇਟੀਆਂ ਬਣ ਗਈਆਂ ਉਹ ਸਾਰੇ ਡੈਮੋਕਰੈਟਿਕ ਸਿਸਟਮ ਵਾਲ ਕਰਾਵਾਂਗੇ ਠੀਕ ਹੈ ਤੁਸੀਂ ਤੁਹਾਨੂੰ ਹੁਣ ਜਦੋਂ ਤੁਸੀਂ ਪ੍ਰਧਾਨ ਬਣੇ ਆ ਥੋੜਾ ਹੀ ਬਹੁਤ ਘੱਟ ਸਮਾਂ ਹੀ ਹੋਇਆ ਫਿਰ ਵੀ ਤੁਹਾਨੂੰ ਜਿਹੜਾ ਤੁਸੀਂ ਅੰਮ੍ਰਿਤਸਰ ਵੀ ਗਏ ਆ ਵਕ ਵਕ ਥਾਵਾਂ ਤੇ ਕੁਝ ਰਾਜਨੀਤਿਕ ਲੋਕਾਂ ਨੂੰ ਵੀ ਮਿਲੇ ਆ ਤੁਸੀਂ ਜਿਹੜਾ ਅਕਾਲੀ ਦਲ ਨਾਲ ਕਿਸੇ ਸਮੇਂ ਬਹੁਤ ਲੰਮੇ ਸਮੇਂ ਤੋਂ ਜੁੜੇ ਰਹੇ ਆ ਸਰਗਰਮ ਰੋਲ ਅਦਾ ਕਰ ਰਹੇ ਆ ਇਸ ਤਰ੍ਹਾਂ ਦੇ ਲੋਕ ਵੀ ਜਦੋਂ ਤੁਸੀਂ ਅਕਾਲੀ ਦਲ ਬਣਾਇਆ ਉਸ ਵੇਲੇ ਉਹ ਆਏ ਸੀਗੇ ਉੱਥੇ ਤੇ ਕਿਸ ਤਰ੍ਹਾਂ ਦਾ ਹੰਗਾਰਾ ਤੁਹਾਨੂੰ ਲੋਕਾਂ ਤੋਂ ਮਿਲ ਰਿਹਾ ਦੇਖੋ ਇਹ ਤਾਂ ਤੁਸੀਂ ਮੈਂ ਆਪਦੇ ਮੂੰਹ ਕਹਿੰਦਾ ਚੰਗਾ ਨਹੀਂ ਲੱਗਦਾ ਇਹ ਤਾਂ ਤੁਸੀਂ ਪਰਸੋਂ ਦੇਖਿਆ ਹੋਣਾ ਕਿ ਇੰਨੀ ਗਰਮੀ ਦੇ ਬਾਵਜੂਦ ਕਿੰਨੇ ਲੋਕੀ ਆਏ ਹਾਂਜੀ ਔਰ ਕਿੰਨਾ ਉਤਸ਼ਾਹ ਨਾਲ ਸੀ ਕਿਵੇਂ ਨਾਰੇ ਲਾ ਰਹੇ ਸੀ ਕਿਸ ਤਰ੍ਹਾਂ ਸੀ ਉਹਨਾਂ 'ਚ ਇੱਕ ਜਜ਼ਬਾ ਸੀ ਜਿਵੇਂ ਮੈਨੂੰ ਬਲਕਿ ਕਿਸੇ ਸੱਜਣ ਨੇ ਕਿਹਾ ਸਾਡੇ ਦੋਸਤ ਨੇ ਕਿ ਅੱਜ ਪੁਰਾਣੇ ਅਕਾਲੀ ਦਲ ਦਾ ਜੋਸ਼ ਨਜ਼ਰ ਆ ਰਿਹਾ ਹਾਂਜੀ ਉਹ ਉਸ ਤਰ੍ਹਾਂ ਹੈ ਤੇ ਅੱਜ ਗਿਆ ਅੱਜ ਮੇਰੇ ਖਾਲੇ 6-5-6 ਜਗ੍ਹਾ ਤੇ ਮੈਨੂੰ ਚਾਹ ਪੀਣੀ ਪਈ ਹਰੇਕ ਨੇ ਕਿਹਾ ਨਹੀਂ ਆਓ ਜੀ ਸਾਡੇ ਕੋਲੇ ਆਓ ਹਾਂਜੀ ਬਾਕੀ ਬਖਸ਼ਤ ਦੋਤੇ ਇਹ ਤਾਂ ਪਤਾ ਲੱਗਦਾ ਬਾਕੀ ਦੱਸੇਗਾ ਤੁਹਾਨੂੰ ਤੁਹਾਨੂੰ ਐਸ ਜਰਨਲਿਸਟ ਜਿਆਦਾ ਪਤਾ ਲੱਗੇਗਾ ਹਾਂਜੀ ਤੁਹਾਡੇ ਕੋਲ ਰੋਜ਼ ਖਬਰਾਂ ਆਉਣਗੀਆਂ ਹਾਂਜੀ 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 ਠੀਕ ਹੈ ਉਹਦੇ ਚ ਅਖੀਰ ਵਿੱਚ ਤੁਸੀਂ ਜਿਹੜਾ अजीत ਬੈਬ ਟੀਵੀ ਰਹੇਂ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਕੋਈ ਸਨੇਹ ਦੇਣਾ ਚਾਹੁੰਦੇ ਹੋ ਦੇਖੋ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਹਾਂਜੀ ਕਿ ਦੇਖੋ ਜਿਸ ਮਕਸਦ ਲਈ ਅਸੀਂ ਸ਼ੁਰੂ ਕੀਤਾ ਹੈ ਮਹਮ ਹਾਂਜੀ ਪੰਤਿਕ ਸੋਚ ਪੰਜਾਬ ਦੇ ਹਿੱਤਾਂ ਦੀ ਸੋਚ ਹਾਂਜੀ ਡੈਮੋਕਰੈਟਿਕ ਸਿਸਟਮ ਔਰ ਜਿੰਨੀਆਂ ਚੀਜ਼ਾਂ ਅਸੀਂ ਲੈ ਕੇ ਚੱਲੇ ਆ ਉਹਦਾ ਸਾਨੂੰ ਸਾਥ ਦਿਓ ਔਰ ਮੈਂ ਤੁਹਾਨੂੰ ਤੁਹਾਡੇ ਰਹੀਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਅਸੀਂ ਵਾਅਦੇ ਕੀਤੇ ਜਾ ਕੇ ਅਸੀਂ ਉਹਦੇ ਉੱਤੇ ਨਾ ਤੁਰੇ ਜਾਂ ਅਸੀਂ ਕੋਈ ਮਿੱਟ ਧਕਾਈ ਹਾਂਜੀ ਤਾਂ ਉਹਦੇ ਲਈ ਅਸੀਂ ਛੱਡ ਕੇ ਵਹਿ ਜਾਾਂਗੇ ਪਰ ਇਹ ਨਹੀਂ ਹੋਊਗਾ ਕਿ ਅਸੀਂ ਪਿੱਠ ਦੁਕਾ ਕੇ ਕਿਸੇ ਹੋਰ ਪਾਸੇ ਚਲੇ ਜਾਈਏ ਠੀਕ ਟਿੰਡ ਸਾਹਿਬ ਜੀ ਤੁਸੀਂ ਅਜੀਤ ਵੈਬ ਟੀਵੀ ਦੇ ਸਟੂਡੀਓ ਵਿੱਚ ਆਏ ਤੇ ਪੰਜਾਬ ਦੀ ਰਾਜਨੀਤੀ ਬਾਰੇ ਸਿੱਖ ਰਾਜਨੀਤੀ ਬਾਰੇ ਪੰਜਾਬ ਦੇ ਮਸਲਿਆਂ ਬਾਰੇ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਨਜੀਤ ਜੀ ਤੁਹਾਡਾ ਧੰਨਵਾਦ ਸਭ ਸਾਰਿਆਂ ਤੋਂ ਵੱਲੋਂ ਜਿਨ੍ਹਾਂ ਨੇ ਤੁਸੀਂ ਮੈਨੂੰ ਇੰਨਾ ਮਨ ਦਿੱਤਾ ਅਜੀਤ ਵੈਬ ਟੀਵੀ ਦਾ ਜੀਤੇ ਰਹੀ ਅੱਜ ਬਾਹਲੇ ਮੁਲਕਾਂ ਚ ਵੀ ਦੂਸਰੇ ਤੇ ਮੈਂ ਆਪਣੇ ਤੁਹਾਡੇ ਦਰਸ਼ਕਾਂ ਨੂੰ ਵੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਹੁਣ ਇਸ ਮੁਲਾਕਾਤ ਦਾ ਸਮਾਂ ਖਤਮ ਹੁੰਦਾ ਅਗਲੀ ਵਾਰ ਕਿਸੇ ਹੋਰ ਅਹਿਮ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੁਸੀਂ ਦੇਖਦੇ ਰਹੋ ਅਜੀਤ ਬੈਬ ਟੀਵੀ ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ ਪਿੰਡ ਕਸਬਾ ਸ਼ਹਿਰ ਹੋਵੇ ਜਾਂ ਤੀਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਗੇ ਹਰ ਮਨ ਦੀ ਆਵਾਜ਼ ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ ਆਪ ਨਹੀਂ ਤਬ ਪਹੁੰਚੇਗੀ ਸਾਡੀ ਵੀਡੀਓ ਕਾਲ ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਬ ਵੈਬ ਟੀਵੀ ਦੇ ਨਾਲ